डी न्यूज पंजाब के दर्शकों प्यार भरी सत श्रीकाल। हुण असी गल करदे आ एक वड्डी खबर पंजाब तो जो सामने आ रही है, आ चुकी है साडे कोले पंजवीं अठवीं दसवीं जमात जिहड़े इन्हां दे पेपरां बारे कोई गलबात आई है, इन्हां नूं सीधा तौर ते अगले सैशन च इन्हां नूं पास करके बिठाया जाऊगा। इहदे बारे साडे नाल जुड़ चुके आ साडे पत्रकार सुखविंदर रमाणा जी। रमाणा जी सति श्री अकाल जी, स्वागत करदे आ जी। महामारी फैली है करके बच्चा सीधे तौर ते अगलिया क्लासा विच कीता जाऊगा, पास करके कीता जाऊगा, की कहना चाहोगे बारे जी? हां जी बिलकुल, यह पुख्ता है बिलकुल। कैप्टन अमरिंदर सिंह ने खुद कल सोशल मीडिया से लाइव होके इस बारे जानकारी दी है, क्योंकि जिहड़े दसवीं तक के बच्चे होंगे उन्हों की एज थोड़ी जी घट होंगी और उन्होंने वायरस या होर लाग लगन का खतरा वध होंदा जी। जी जी। सो इस करके सरकार ने जिहड़ा फैसला किया है कि जिहड़े इन्हां क्लासां दा दसवीं क्लास के भी ऑलरेडी कुछ पेपर हो भी गए थे। हाँ। तो उन्होंने कहा कि इन्हों पिछले जेडे प्री जेडे बाकी रहिंदे पेपर उन्होंने नंबर जेडे प्री परीक्षावां जेडियां पहला होईयां होईयां छे महीने पहला या तीन महीने पहला जी जी उन्होंने हिसाब नाल ही उन्होंने जेडा नंबरिंग करके उन्हों की ग्रेडिंग करके ते उन्हां नूं अगली क्लास दे विच सिद्धा दाखला दित्ता जावे। इह ऐलान कल कैप्टन साहब ने कीता खुद जी। इह तो अलावा इक जिहड़ियां अपणियां 12वीं दी क्लास सीगी जिहड़ी उहदे च प्लस 2 दे उहदे कुछ पेपर उहदे भी हो चुके सी ते उहदे पेपरां तों बाद कुछ पेपर रहिंदे भी है, उहदे बारे की फैसला कीता सरकार ने जी? ਉਹ ਇਸ ਤਰ੍ਹਾਂ ਜੀ ਕਿ 12ਵੀਂ ਕਲਾਸ ਆ ਜਿਹੜੀ ਇੱਕ ਬਹੁਤ ਅਹਿਮ ਪੜਾਅ ਹੁੰਦਾ ਜੀ ਸਿੱਖਿਆ ਦੇ ਵਿੱਚ ਜੀ। ਸੋ ਉੱਥੇ ਇਹੋ ਜਿਹੀ ਰਿਆਇਤ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ ਜੀ। ਉਹਦੇ ਬਾਰੇ ਕੇਂਦਰ ਸਰਕਾਰ ਨੇ ਕੁਛ ਸਮਾਂ ਪਹਿਲਾਂ ਗਾਈਡਲਾਈਨ ਵੀ ਦਿੱਤੀ ਸੀ ਕਿ ਇਹ ਪ੍ਰੀਖਿਆਵਾਂ ਜਿਹੜੀਆਂ 12ਵੀਂ ਦੀਆਂ ਹਰ ਹਾਲ ਚ ਹੋਣੀਆਂ ਜੀ ਜੀ। ਸੋ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿਹੜਾ ਫੈਸਲਾ ਕੱਲ ਉਹਨਾਂ ਨੇ ਕਿਹਾ ਕਿ ਜਿਹੜਾ 12ਵੀਂ ਦਾ ਫੈਸਲਾ ਉਹ ਕੇਂਦਰ ਸਰਕਾਰ ਦੀ ਗਾਈਡਲਾਈਨ ਅਨੁਸਾਰ ਹੋਊਗਾ। ਸੋ ਕੇਂਦਰ ਸਰਕਾਰ ਨੇ ਵੀ ਕੱਲ ਜਿਹੜੇ ਕੇਂਦਰੀ ਮੰਤਰੀ ਨੇ ਸਿੱਖਿਆ ਮੰਤਰੀ ਉਹਨਾਂ ਨੇ ਬਿਲਕੁਲ ਕੱਲ ਐਲਾਨ ਕਰ ਦਿੱਤਾ ਆਪਣੇ ਰਮੇਸ਼ ਜਿਹੜੇ ਪੋਖਰੀਵਾਲ ਨੇ ਉਹਨਾਂ ਨੇ ਕਿਹਾ ਕਿ ਜਿਹੜੇ 12ਵੀਂ ਦੀਆਂ ਪ੍ਰੀਖਿਆਵਾਂ ਉਹ CBSE ਬੋਰਡ ਆ ਜਿਹੜਾ ਕੇਂਦਰੀ ਬੋਰਡ ਹੈ ਉਸ ਦੀਆਂ ਪ੍ਰੀਖਿਆਵਾਂ 1 ਜੁਲਾਈ ਤੋਂ ਲੈ ਕੇ 15 ਜੁਲਾਈ ਦੇ ਵਿੱਚ ਵਿੱਚ ਹੋਣਗੀਆਂ ਔਰ ਉਸਦਾ ਜਿਹੜਾ ਡੇਟ ਸ਼ੀਟ ਆ CBSE ਵੱਲੋਂ 1-2 ਦਿਨਾਂ ਦੇ ਵਿੱਚ ਡੇਟ ਸ਼ੀਟ ਵੀ ਜਾਰੀ ਕਰਨ ਕੀਤੀ ਜਾ ਰਹੀ ਹੈ। ਸੋ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜੇ ਗੱਲ ਕਰੀਏ ਤਾਂ ਇਹ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੇ ਕਹੇ ਅਨੁਸਾਰ ਇਹ ਕੇਂਦਰ ਸਰਕਾਰ ਦੇ ਫੈਸਲੇ ਵਾਂਗੂ ਇਹ ਵੀ 1 ਜੁਲਾਈ ਤੋਂ ਹੋਣਗੀਆਂ 12ਵੀਂ ਦੀਆਂ ਜਿਹੜੀਆਂ ਪ੍ਰੀਖਿਆਵਾਂ ਰਹਿੰਦੀਆਂ ਬਿਲਕੁਲ ਹੋਣਗੀਆਂ ਜੀ। ਜੀ ਜੀ ਰਮਾਣਾ ਜੀ ਕਿਵੇਂ ਦੇਖਦੇ ਹੋ ਤੁਸੀਂ ਇੱਕ ਜਿਵੇਂ ਬੱਚਿਆਂ ਨੇ ਕਿਵੇਂ ਪਹਿਲਾਂ ਹੁੰਦਾ ਸੀ ਵੀ ਕੋਈ ਜ਼ਿਆਦਾ ਪੜ੍ਹਾਈ ਕੀਤੀ ਹੈ ਬੱਚਿਆਂ ਨੇ ਕੋਈ ਕੋਈ ਫਸਟ ਕੋਈ ਸੈਕਿੰਡ ਇਹਦੀ ਦੌੜ ਲੱਗੀ ਹੁੰਦੀ ਹੈ ਬੱਚਿਆਂ ਦੀ ਕਿਉਂਕਿ ਉਹ ਮਿਹਨਤੀ ਬੱਚੇ ਹੁੰਦੇ ਆ ਤੇ ਇਹਦੇ ਹਾਲਾਤ ਚਲੋ ਜਿਹੜੇ ਹਾਲਾਤ ਆ ਹਾਲਾਤ ਬਹੁਤ ਮਾੜੇ ਆ ਉਹਦੇ ਅਨੁਸਾਰ ਸਰਕਾਰਾਂ ਨੂੰ ਵੀ ਸੋਚਣਾ ਪੈਂਦਾ ਤੇ ਉਹਦੇ ਕਰਕੇ ਵੀ ਕਿੰਨਾ ਕੁ ਫਰਕ ਲੱਗੂਗਾ ਵੀ ਇੱਕ ਬੱਚੇ ਨੇ ਸਾਲ ਭਰ ਮਿਹਨਤ ਕੀਤੀ ਆ ਇੱਕ ਬੱਚੇ ਨੇ ਕੋਈ ਜ਼ਿਆਦਾ ਕਈ ਵਾਰੀ ਕੋਈ ਮਿਹਨਤ ਕੀਤੀ ਨਹੀਂ ਹੁੰਦੀ ਤੇ ਉਹ ਵੀ ਬਰਾਬਰੀ ਉਹਨਾਂ ਦੇ ਉਸ ਤਰੀਕੇ ਨੇ ਉਹਨਾਂ ਦੀ ਰੱਖੀ ਜਾਊਗੀ ਜੀ। ਬਿਲਕੁਲ ਇਹ ਚਲੋ ਹੁਣ ਤਾਂ ਹਾਲਾਤ ਇਸ ਤਰ੍ਹਾਂ ਦੇ ਲੇਕਿਨ ਪਹਿਲਾਂ ਇੱਕ ਸਰਕਾਰ ਨੇ ਫੈਸਲਾ ਕੀਤਾ ਸੀ ਕਿ 8ਵੀਂ ਤੱਕ ਕਿਸੇ ਵੀ ਬੱਚੇ ਨੂੰ ਫੇਲ ਨਹੀਂ ਕੀਤਾ ਜਾਊਗਾ ਔਰ ਉਸ ਫੈਸਲੇ ਦੀ ਜਿਹੜੇ ਸਿੱਖਿਆ ਸ਼ਾਸਤਰੀਆਂ ਵੱਲੋਂ ਔਰ ਸੂਝਵਾਨ ਲੋਕਾਂ ਵੱਲੋਂ ਬੁੱਧੀਜੀਵੀਆਂ ਵੱਲੋਂ ਬਹੁਤ ਆਲੋਚਨਾ ਕੀਤੀ ਗਈ। ਜੀ 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 ਬਿਲਕੁਲ, ਕਿਉਂਕਿ ਇਸ ਨਾਲ ਇੱਕ ਤਾਂ ਬੱਚੇ ਜਿਹੜੇ ਹੋ ਸਕਦਾ ਕੁਝ ਮੁਕਾਬਲੇ ਚ ਆ ਵੀ ਜਾਂਦੇ ਸੀ ਕਮਜ਼ੋਰ ਬੱਚੇ ਜੀ, ਪਰ ਜਦੋਂ ਇਹ ਫੈਸਲਾ ਕੀਤਾ ਗਿਆ ਤਾਂ ਉਹ ਲੋਕ ਬੱਚੇ ਪੜ੍ਹਨਾ ਪੜ੍ਹਾਈ ਦਾ ਖਹਿੜਾ ਛੱਡ ਕੇ ਵੀ ਚਲੋ ਪਾਸ ਤਾਂ ਹੋ ਹੀ ਜਾਣਾ, ਉਸ ਬੱਚਿਆਂ ਦੀ ਸੋਚ ਇਸ ਤਰ੍ਹਾਂ ਦੀ ਵੀ ਹੁੰਦੀ ਹੈ, ਕੁਛ ਦੀ ਸਾਰਿਆਂ ਦੀ ਨਹੀਂ ਹੁੰਦੀ, ਪਰ ਇਸ ਨਾਲ ਨੁਕਸਾਨ ਕਾਫੀ ਹੋਇਆ ਪੜ੍ਹਾਈ ਦਾ ਅਸੀਂ ਦੇਖਿਆ। ਪਰ ਹੁਣ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਕਿ ਸਰਕਾਰ ਵੀ ਬੇਵਸ ਹੈ, ਕਿਸੇ ਦੇ ਸਾਰੇ ਦੀ ਗੱਲ ਨਹੀਂ ਹੈ। ਸੋ ਇਸ ਕਰਕੇ ਪਰ ਉਸਦੇ ਲਈ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਪ੍ਰੀ ਪ੍ਰੀਖਿਆਵਾਂ ਜਿਹੜੀਆਂ ਹੋਈਆਂ ਪਹਿਲਾਂ ਹੁੰਦੀਆਂ ਰਹੀਆਂ 3 ਵਾਰੀ ਹੁੰਦੀ ਹੈ ਸਾਲ ਦੇ ਵਿੱਚ, ਸੋ ਉਸ ਦੇ ਹਿਸਾਬ ਨਾਲ ਹੀ ਨੰਬਰਿੰਗ ਕੀਤੀ ਜਾਊ, ਗ੍ਰੇਡ ਜਿਵੇਂ ਏ ਗ੍ਰੇਡ ਬੀ ਸੀ ਉਸ ਹਿਸਾਬ ਨਾਲ ਹੀ ਦਿੱਤਾ ਜਾਊਗਾ ਜੀ। ਤੇ ਅਗਲਾ ਕਿਵੇਂ ਲੱਗਦਾ ਜਿਹੜਾ ਲੋਕਡਾਊਨ ਦਾ ਜਿਹੜਾ ਜਿਵੇਂ ਕੋਈ ਆਪਣਾ ਕਰਫਿਊ ਆ ਜਿਹੜਾ ਇਹਦਾ ਕਿਵੇਂ ਫੈਸਲਾ ਲੱਗਦਾ ਵੀ ਕਿਵੇਂ ਹਾਲਾਤ ਲੱਗਦੇ ਆ, ਕਿਉਂਕਿ ਸਰਕਾਰ ਕੁਛ ਸੰਕੇਤ ਜੇ ਦੇ ਰਹੀ ਆ ਵੀ ਜਿਵੇਂ ਹੋ ਸਕਦਾ ਵੀ ਅਗਲੇ ਸਮੇਂ ਚ ਇਹ ਲੋਕਡਾਊਨ ਵੀ ਖੁੱਲ ਜੇ, ਕਰਫਿਊ ਵੀ ਇਹਨਾਂ ਤੇ ਵੀ ਛੋੜ ਦਿੱਤੀ ਜਾਵੇ ਖੁੱਲ ਜੇ, ਤਾਂ ਇਹ ਕਿਵੇਂ ਲੱਗਦਾ ਵੀ ਇਸ ਅਗਲੇ ਹਾਲਾਤ ਦੇ ਮੁਤਾਬਕ ਸਰਕਾਰਾਂ ਜਿਹੜੀਆਂ ਸੰਕੇਤ ਦੇ ਰਹੀਆਂ? ਦੇਖੋ ਸਾਨੂੰ ਸਾਹਿਬ ਇਸ ਤਰ੍ਹਾਂ ਕਿ ਹੁਣ ਲਗਭਗ 2 ਮਹੀਨੇ ਹੋ ਚੁੱਕੇ ਆ ਲੋਕਡਾਊਨ ਨੂੰ, ਸੋ ਇੰਨਾ ਲੰਮਾ ਸਮਾਂ ਜਿਹੜਾ ਹੈਗਾ ਬਹੁਤ ਔਖਾ ਹੈ ਲੋਕਾਂ ਨੇ ਕੱਢਿਆ। ਖਾਸ ਕਰ ਜੇ ਮੈਂ ਸਿੱਖਿਆ ਦੀ ਗੱਲ ਹੀ ਕਰਾਂ ਤਾਂ ਹੁਣ ਸੁਣਨ ਦੇ ਵਿੱਚ ਇਹ ਗੱਲ ਵੀ ਆ ਰਹੀ ਹੈ ਕਿ 12ਵੀਂ ਕਲਾਸ ਹੈ ਜਿਹੜੀ ਹੈ ਪ੍ਰੀਖਿਆਵਾਂ ਜਿਹੜੀਆਂ ਹੋਣਗੀਆਂ ਜੁਲਾਈ ਚ, ਸੋ ਜੁਲਾਈ ਉਸਦੀ ਤਿਆਰੀ ਹੈ ਜਿਹੜੀ ਘਰੇ ਵੀ ਬੱਚੇ ਨਹੀਂ ਕਰ ਸਕਦੇ, ਬਹੁਤ ਔਖਾ ਹੈ। ਇਸੇ ਕਰਕੇ ਸਕੂਲ ਕਾਲਜ ਸਿੱਖਿਆ ਸੰਸਥਾਵਾਂ ਬਣੀਆਂ ਹੁੰਦੀਆਂ, ਸੋ ਹੋ ਸਕਦਾ ਸਰਕਾਰ 12ਵੀਂ ਕਲਾਸ ਦੀਆਂ ਕਲਾਸਾਂ ਵੀ ਕਿਸੇ ਆਡ ਈਵਨ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਸ਼ੁਰੂ ਕਰਵਾ ਦੇਵੇ। ਔਰ ਜਿਹੜਾ ਬਾਕੀ ਜਿਹੜਾ ਲੋਕਡਾਊਨ ਦੀ ਗੱਲ ਹੈ, ਥੋੜੀ ਥੋੜੀ ਰਿਆਇਤ ਦਿੱਤੀ ਜਾ ਰਹੀ ਹੈ ਹੁਣ, ਜਿਵੇਂ
ਦੁਕਾਨਾਂ ਜਿਹੜੀਆਂ 3 ਵਜੇ ਤੱਕ ਖੁੱਲੀਆਂ ਜਾ ਰਹੀਆਂ। ਜੀ ਸੋ ਮੈਨੂੰ ਲੱਗਦਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਈਵ ਹੋ ਕੇ ਕਿਹਾ ਸੀ ਕਿ ਜੇ ਹਾਲਾਤ ਸਥਿਰ ਰਹਿੰਦੇ ਐ, ਜ਼ਿਆਦਾ ਨਹੀਂ ਬਿਮਾਰੀ ਵੱਧਦੀ, ਕੋਰੋਨਾ ਵਾਇਰਸ ਦਾ ਖਤਰਾ ਜ਼ਿਆਦਾ ਨਹੀਂ ਵੱਧਦਾ, ਤਾਂ ਜੀ ਇਸ ਦੇ ਵਿੱਚ ਢਿੱਲ ਦਿੱਤੀ ਜਾਊਗੀ। ਤੇ ਅਗਰ ਬਿਮਾਰੀ ਵੱਧਦੀ ਐ, ਅਗਰ ਇਹਦਾ ਹਮਲਾ ਜਾਰੀ ਸੋ ਰਹਿੰਦਾ। ਦੋਸਤੋ, ਇਹ ਜੇ ਅਸੀਂ ਜਿਹੜੀ ਕੋਈ ਅਪਡੇਟ, ਜਿਹੜੀ ਬ੍ਰੇਕਿੰਗ ਨਿਊਜ਼ ਆ ਜਿਹੜੀ ਪੰਜਾਬ ਦੇ ਸਿੱਖਿਆ ਨਾਲ ਜੁੜੀ ਆ, ਇਹਦੇ ਸੰਬੰਧ 'ਚ ਅਸੀਂ ਜੇ ਸਾਡੀ ਕੋਈ ਜਾਣਕਾਰੀ ਦਿੱਤੀ ਆ, ਵੱਧ ਤੋਂ ਵੱਧ ਲਾਈਕ ਕਰੋ, ਕਮੈਂਟ ਕਰੋ, ਤਾਂ ਕਿ ਅੱਗੇ ਤੋਂ ਵੀ ਅਸੀਂ ਹੋਰ ਵੀ ਇਹਦੇ 'ਚ ਸਾਡੇ ਚੈਨਲ ਜ਼ਰੀਏ ਜੋ ਅਸੀਂ ਕੋਈ ਜਾਣਕਾਰੀ ਦਿੰਦੇ ਹਾਂ ਇਹਦੇ ਸੁਧਾਰ ਕਰ ਸਕੀਏ। ਧੰਨਵਾਦ ਜੀ।